ਮਿੰਨੀ ਕਹਾਣੀ ਦੁਹਾਜੂ ਦੋਆਂ ਦੇ ਚਿਹਰੇ ਮੋਰੇ ਚਾਲ ਢਾਲ ਗਲਬਤ ਗੱਲਬਾਤ ਵਿੱਚ ਸ਼ੋਖੀ ਤੇ ਤਿੱਖਾਪਨ ਸੀ ਪਰਮਜੀਤ ਦਾ ਕੱਦ ਛੋਟਾ ਸੀ ਤੇ ਸੁਰਿੰਦਰਜੀਤ ਦਾ ਲੰਮਾ ਦੋਵੇਂ ਇੱਕੋ ਸਕੂਲ 'ਚ ਪੜਾਉਂਦਿਆਂ ਸਨ ਪਰਮਜੀਤ ਅਨੁਸਾਰ ਵਿਚਾਰੀ ਸੁਰਿੰਦਰਜੀਤ ਦੀ ਕਿਸਮਤ ਚੰਗੀ ਨਹੀਂ ਸੀ ਕਿਉਂਕਿ ਉਹਨੂੰ ਚੰਗੀ ਭਲੀ ਨੂੰ ਇੱਕ ਦੁਹਾਜੂ ਦੇ ਲੜ ਲਾ ਦਿੱਤਾ ਗਿਆ ਸੀ ਜਿਹੜਾ ਕਿ ਸੁਭਾਵਿਕ ਤੌਰ ਤੇ ਉਸ ਨਾਲੋਂ 5-6 ਸਾਲ ਵੱਡਾ ਵੀ ਜ਼ਰੂਰੀ ਹੋਵੇਗਾ ਉੱਪਰੇ ਲਿਖਿਆ ਹੈ सुरेंद्रਜੀਤ ਜਵਾਬ ਦਿੰਦੇ ਕੀ ਫਾਇਦਾ ਪੜ੍ਹਾਈ ਦਾ ਜੇਕਰ ਉਹ ਨੌਕਰੀ ਨਹੀਂ ਕਰਦੇ ਪਰਮਜੀਤ ਆ ਕਦੇ-ਕਦੇ सुरेंद्रਜੀਤ ਨੂੰ ਉਹਦੇ ਮੂੰਹ ਤੇ ਹੀ ਕਹਿ ਦਿੰਦੀ ਕੱਲੀ ਜ਼ਮੀਨ ਨੂੰ ਸਿਰ ਚ ਮਾਰਨਾ ਹੁੰਦਾ ਕਿਸੇ ਨੇ ਅੜੀਏ ਉਹ ਸ਼੍ਰੀ ਪੋਤ ਨੇ ਸੇਤਮੰਦ ਵੀ सुरेंद्रਜੀਤ ਸਿਰਫ ਉਤੋਂ ਉਤੋਂ ਹੀ ਨਾ ਕਹਿੰਦੀ ਉਹਦਾ ਅਤਿਅੰਤ ਸੰਤੁਸ਼ਟ ਚਿਹਰਾ ਇਹਦੀ ਵੀ ਹਾਮੀ ਭਰ ਰਿਹਾ ਹੁੰਦਾ सुरेंद्रਜੀਤ ਕਹਿੰਦੀ ਬੇਸ਼ੱਕ ਸੰਜੋਗਾਂ ਦੀ ਗੱਲ ਵੀ ਹੁੰਦੀ ਹੈ ਪਰ ਮੈਂ ਖੁਸ਼ ਹਾਂ ਪਰੀਖ ਸਰਕਾਰੀ ਡਾਕਟਰ ਦੀ ਪਤਨੀ ਹੋਣ ਦੇ ਨਾਤੇ ਪਰਮਜੀਤ ਨੱਕ ਬੁੱਲ ਚੜਾ ਕੇ ਮੁਸਕਰਾਉਣ ਲੱਗਦੀ। ਸਾਰੀਆਂ ਅਧਿਆਪਕਾਵਾਂ ਦੀ ਛੁੱਟੀ ਵੇਲੇ ਇਕੱਠੀਆਂ ਹੋ ਕੇ ਰੋਟੀ ਖਾਂਦੀਆਂ। ਇੱਧਰ-ਉੱਧਰ ਦੀਆਂ ਗੱਲਾਂ ਮਾਰਦੀਆਂ ਖੂਬ ਹੱਸਦੀਆਂ। ਪਰ ਪੰਜਵੇਂ ਸੱਤਵੇਂ ਦਿਨੇ ਹਾਸਾ ਠੱਠਾ ਨਿਰਾਸ਼ਾ ਭਰੀ ਗੰਭੀਰਤਾ ਗ੍ਰਹਿਣ ਕਰ ਜਾਂਦਾ। ਕਾਰਨ ਹੁੰਦਾ ਪਰਮਜੀਤ ਦੁਆਰਾ ਨਿੱਜੀ ਪੱਧਰ ਤੇ ਉਤਰ ਕੇ ਕੀਤੀ ਜਾਂਦੀ ਟੋਕਾ ਟਾਕੀ। ਨਿਸ਼ਾਨਾ ਬਣਦੀ ਸੁਰਿੰਦਰਜੀਤ। ਉਹ ਸੁਰਿੰਦਰਜੀਤ ਜਿਹੜੀ ਦੁਹਾਜੂ ਨਾਲ ਵਿਆਹੀ ਹੋਈ ਸੀ। ਸੁਰਿੰਦਰਜੀਤ ਰੋਣ ਹਾਕੀ ਹੋ ਜਾਂਦੀ ਤੇ ਵੱਡੀ ਉਮਰ ਦੀਆਂ ਅਧਿਆਪਕਾਂਾਂ ਨਾ ਪਰਮਜੀਤ ਇਹੋ ਜੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਝਾੜ ਪਾਉਣ ਵਾਂਗ ਕਹਿੰਦੀਆਂ ਪਰ ਛੋਟੇ ਕਦਵਾਲੀ ਪਰਮਜੀਤ ਆਪਣੀ ਨਿੱਕੀ ਜੀ ਗਰਦਨ ਨੂੰ ਪੂਰੇ ਮਜ਼ੇ ਨਾਲ ਝਟਕਾ ਦਿੰਦੀ ਤੇ ਤਿੱਖੇ ਕਦਮ ਚੁੱਕਦੀ ਜਮਾਤ ਦੇ ਕਮਰੇ ਵੱਲ ਚਲੀ ਜਾਂਦੀ ਜਿਸ ਦਿਨ ਸੁਰਿੰਦਰਜੀਤ ਨੇ ਆਪਣੇ ਪਤੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਾਰੇ ਸਟਾਫ ਨੂੰ ਪਾਰਟੀ ਦਿੱਤੀ ਸੀ ਉਸ ਦਿਨ ਪਰਮਜੀਤ ਛੁੱਟੀ ਤੇ ਸੀ ਪਰਮਜੀਤੋਸਤੋ ਬਾਅਦ ਵੀ 3 ਦਿਨ ਸਕੂਲ ਨਹੀਂ ਸੀ ਆਈ ਤੇ ਜਿਸ ਦਿਨ ਉਹ ਸਕੂਲ ਆਈ ਸੀ ਉਸ ਦਿਨ ਅਧਿ ছুটি ਵੇਲੇ ਉਹਨੇ ਆਪਣੀਆਂ ਸਾਥਣਾਂ ਨਾਲ ਰੋਟੀ ਨਹੀਂ ਸਿਕਾਦੀ ਪਾਸੇ ਜੇ ਕੁਰਸੀ ਢਾਕੇ ਬੈਠੀ ਰਹੀ ਸੀ ਸੁਨੇਹਾ ਭੇਜਣ ਤੇ ਵੀ ਨਹੀਂ ਸੀ ਆਈ ਅੱਜ ਹੋਇਆ ਕੀ ਇਹਨੂੰ ਇੱਕ ਅਧਿਆਪਕਾ ਨੇ ਸਵਾਲ ਕੀਤਾ ਦੂਜੀਆਂ ਸਾਰੀਆਂ ਨੇ ਇੱਕਦਮ ਸੁਰਿੰਦਰਜੀਤ ਦੇ ਚਿਹਰੇ ਵੱਲ ਤੱਕਿਆ ਪਰ ਨਹੀਂ ਸੁਰਿੰਦਰਜੀਤ ਨਾਲ ਤਾਂ ਉਹਦੀ ਕਈ ਦਿਨਾਂ ਤੋਂ ਕੋਈ ਗੱਲ ਨਹੀਂ ਸੀ ਹੋਈ ਸੰਤੋਸ਼ ਮੈਡਮ ਵਾਲੇ ਦੁਆਲੇ ਦੀ ਖਬਰਸਾਰ ਰੱਖਣ ਚ ਮਾਹਰ ਸੀ ਜਿਹੜੀ ਰਾਜ਼ ਦੀ ਗੱਲ ਉਹ ਆਪਣੀਆਂ ਇੱਕ ਦੋ ਖਾਸ ਸਹੇਲੀਆਂ ਨੂੰ ਦੱਸਣਾ ਚਾਹੁੰਦੀ ਸੀ ਕਾਲੀ ਚਾ ਕੇ ਸਾਰਿਆਂ ਨੂੰ ਹੀ ਦੱਸ ਬੈਠੀ ਇਹਦੇ ਪਤੀ ਦੇ ਰੰਗ ਰਲੀਆਂ ਮਨਾਉਂਦੇ ਫੜੇ ਗਏ ਆ ਡਾਕਟਰ ਸਾਹਿਬ ਸਾਰਿਆਂ ਦੇ ਮੂੰਹ ਇਕੱਠਿਆਂ ਹੀ ਨਿਕਲ ਗਿਆ ਸੰਤੋਸ਼ ਨੇ ਹਾਂਟ ਸਿਰ ਹਿਲਾਇਆ ਤੇ ਕਿਹਾ ਬਾਹਰ ਕਿਤੇ ਨਹੀਂ ਘਰ ਚ ਕੰਮ ਕਰਦੀ ਨੁਕਰਾਨੀ ਨਾਲ ਇਸ ਗਰਮਾ ਗਰਮ ਵਿਸ਼ੇ ਤੇ ਬੇਸ਼ੱਕ ਸਾਰਿਆਂ ਵਾਰੋ ਵਾਰੀ ਕੁਝ ਨਾ ਕੁਝ ਬੋਲ ਰਹੀਆਂ ਸੀ ਪਰ ਸੁਰਿੰਦਰਜੀਤ ਚੁੱਪ ਸੀ ਤੇ ਸਿਰਫ ਮੁਸਕਰਾ ਰਹੀ ਸੀ ਪਰਮਜੀਤ ਉੱਥੇ ਬੈਠੀ ਸੀ ਧੰਨਵਾਦ